ਹੈਲੋ ਫਰੈਂਡਸ ਮੈਂ ਦੀਪਿਕਾ ਗੁਜਰਾਲ ਤੁਹਾਡਾ ਆਪਣੇ ਚੈਨਲ ਸਟੱਡੀ ਗੁਜਰਾਲ ਵਿੱਚ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਨੂੰ ਬੀਏ ਸੈਕੰਡ ਸਮੈਸਟਰ ਦੀ ਕਹਾਣੀ ਪਹੁਤਾ ਪਾਂਧੀ ਕਰਵਾਉਣ ਜਾ ਰਹੀ ਹਾਂ ਇਸ ਕਹਾਣੀ ਦੇ ਨੂੰ ਲਿਖਣ ਵਾਲੇ ਗੁਰਬਖਸ਼ ਸਿੰਘ ਜੀ ਹਨ ਇਸ ਕਹਾਣੀ ਵਿੱਚ ਉਹਨਾਂ ਨੇ ਮੇਜਰ ਸਾਹਿਬ ਇਬਰਾਹੀ ਹਮਦਰਦੀ ਪਰ ਇਸਲੂਕ ਨੂੰ ਪੇਸ਼ ਕੀਤਾ ਹੈ ਮੇਜਰ ਸਾਹਿਬ ਦੇ ਹਸਮੁਖ ਚਿਹਰੇ ਅਤੇ ਚੰਗੇ ਸੁਭਾਅ ਕਾਰਨ ਉਹ ਅਣਜਾਣੇ ਯਾਤਰੀਆਂ ਦੀ ਰੂਹ ਬਣ ਗਏ ਸਨ ਮੇਜਰ ਸਾਹਿਬ ਅਸਲ ਵਿੱਚ ਗੱਡੀ ਪੂਰੀ ਭਰੀ ਹੋਈ ਸੀ ਬੈਠਣ ਤਾਂ ਕੀ ਖੜੇ ਤੱਕ ਹੋਣ ਲਈ ਥਾਂ ਨਹੀਂ ਸੀ ਮੇਜਰ ਸਾਹਿਬ ਨੇ ਆਪਣੀ ਸੂਝ-ਬੂਝ ਆਪਣੇ ਪਿਆਰ ਆਪਣੇ ਹਸਮੁਖ ਚਿਹਰੇ ਨਾਲ ਗੱਡੀ ਵਿੱਚ ਜਗ੍ਹਾ ਬਣਾਈ ਯਾਤਰੀਆਂ ਨੂੰ ਚੰਗਾ ਸਫਰ ਕਰਾਇਆ ਅਤੇ ਯਾਤਰੀਆਂ ਦੇ ਦਿਲਾਂ ਵਿੱਚ ਵੀ ਆਪਣੀ ਜਗ੍ਹਾ ਬਣਾਈ ਚਲੋ ਹੁਣ ਆਪਾਂ ਇਹ ਕਹਾਣੀ ਸ਼ੁਰੂ ਕਰਦੇ ਹਾਂ ਪੌਤਾਪੰਦੀ ਕਹਾਣੀ ਦਾ ਵਿਸ਼ਾ ਦੂਜਿਆਂ ਪ੍ਰਤੀ ਖਾਸ ਕਰਕੇ ਸਫਰ ਕਰਦੇ ਮਨੁੱਖ ਦੀ ਜ਼ਿੰਮੇਵਾਰੀ ਅਤੇ ਹਮਦਰਦੀ ਭਰਿਆ ਸਲੂਕ ਹੈ ਗੁਰਬਖਸ਼ ਸਿੰਘ ਜੀ ਨੇ ਗੱਡੀ ਵਿੱਚ ਸਫਰ ਕਰੇ ਇੱਕ ਮੇਜਰ ਸਾਹਿਬ ਦੇ ਮਨੁੱਖੀ ਹਮਦਰਦੀ ਤੇ ਸਹਿਯੋਗ ਨਾਲ ਭਰੇ ਸਲੂਕ ਨੂੰ ਪੇਸ਼ ਕਰਕੇ ਇਸ ਵਿਸ਼ੇ ਨੂੰ ਪੇਸ਼ ਕੀਤਾ ਹੈ ਇਸ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਅੰਮ੍ਰਿਤਸਰੋਂ ਗੱਡੀ ਲੁਧਿਆਣੇ ਵੱਲ ਜਾ ਰਹੀ ਸੀ ਇੱਕ ਆਦਮੀ ਨੇ ਸਾਰੀ ਗੱਡੀ ਦੇਖੀ ਪਰ ਉਸ ਨੂੰ ਕਿਤੇ ਵੀ ਥਾਂ ਨਾ ਮਿਲੀ ਅੰਤੋ ਹੀ ਇੱਕ ਡੱਬੇ ਆ ਕੇ ਖਲੋ ਗਿਆ ਉਸ ਨੇ ਥਾਂ ਲਈ ਅੰਦਰਲੇ ਯਾਤਰੀਆਂ ਨੂੰ ਆਖਿਆ ਕਿਸੇ ਨੇ ਥਾਂ ਨਹੀਂ ਦਿੱਤੀ ਅੰਤੋ ਹੀ ਇੱਕ ਡੱਬੇ ਅੱਗੇ ਆ ਕੇ ਖਲੋ ਗਿਆ ਉਸ ਨੇ ਥਾਂ ਲਈ ਬਹੁਤ ਤਰਲੇ ਕੀਤੇ ਪਰ ਅੰਦਰ ਵਾਲਿਆਂ ਨੇ ਫੇਰ ਚ ਰਖ ਦਿੱਤਾ ਮੇਜਰ ਸਾਹਿਬ ਨੇ ਹੱਸ ਕੇ ਬੰਦੇ ਵੱਲ ਦੇਖਿਆ मेजर साहिब ने, कि ने, मेजर ने उस ਨੂੰ ਅੰਦਰ ਆਣ ਲਈ ਕਿਹਾ ਅਤੇ ਕਿਹਾ ਕਿ ਉਹ ਅੰਦਰ ਆ ਜਾਏ ਉਸ ਨੇ ਨਵੇਂ ਆਏ ਆਦਮੀ ਨੂੰ ਕਿਹਾ ਕਿ ਖੀਲੀ ਸੀਟ ਖਾਲੀ ਹੋ ਜਾਨੀ ਹੈ ਇਸ ਲਈ ਉੱਥੇ ਆ ਕੇ ਪਹੁੰਚ ਜਾਏ ਆਦਮੀ ਨੇ ਉੱਤਰ ਦਿੱਤਾ ਉੱਥੇ ਪੁੰਚਣਾ ਮੁਸ਼ਕਿਲ ਹੈ ਤਾਂ ਮੇਜਰ ਸਾਹਿਬ ਨੇ ਆਪਣੀ ਕੋਸ਼ਿਸ਼ਾਂ ਰਾਹੀਂ ਉਸ ਵਿਅਕਤੀ ਨੂੰ ਉਸ ਜਗ੍ਹਾ ਤੇ ਪਹੁੰਚਾ ਦਿੱਤਾ ਉਸ ਵਿਅਕਤੀ ਨੇ ਹੱਥ ਜੋੜ ਕੇ ਮੇਜਰ ਸਾਹਿਬ ਨੂੰ ਧੰਨਵਾਦ ਕੀਤਾ ਮੇਜਰ ਸਾਹਿਬ ਦੇ ਹੱਸਦੇ ਚਿਹਰੇ ਨੇ ਬੰਦੇਵਾਲ ਦੇਖਿਆ ਅਤੇ ਧੰਨਵਾਦ ਦਾ ਜਵਾਬ ਆਪਣੀ ਹਸੀ ਨਾਲ ਦੇ ਦਿੱਤਾ ਇਸ ਸਟੇਸ਼ਨ ਤੇ ਉਤਰੀ ਦਾ ਸਵਾਰੀ ਇੱਕ ਸੀ ਪਰ ਚੜ੍ਹਨ ਵਾਲੇ ਦੋ ਆ ਗਏ ਉਹਨਾਂ ਦੇ ਫੌਜੀ ਸਿਪਾਈਆਂ ਨੇ ਬਾਹਰੋਂ ਹੀ ਬੰਦਿਆਂ ਨੂੰ ਚਿਲਕ ਦਿੱਤਾ ਪਰ ਮੇਜਰ ਸਾਹਿਬ ਨੇ ਉਹਨਾਂ ਨੂੰ ਫੇਰ ਅੰਦਰ ਆਣ ਲਈ ਕਹਿ ਦਿੱਤਾ ਉਹਨਾਂ ਕੋਲ ਸਮਾਨ ਵੀ ਬਹੁਤਾ ਸੀ ਮੇਜਰ ਸਾਹਿਬ ਨੇ ਡੱਬੇ ਵਿੱਚ ਜਗ੍ਹਾ ਬਣਾ ਕੇ ਉਸ ਨਵੇਂ ਬੰਦੇ ਨੂੰ ਵੀ ਅੰਦਰ ਬੁਲਾ ਲਿਆ ਹਉਨ ਮੇਜਰ ਸਾਹਿਬ ਸਾਰੀਆਂ ਸਵਾਰੀਆਂ ਦਾ ਕੇਂਦਰ ਬਣ ਗਏ ਸੀ ਅਗਲੇ ਸਟੇਸ਼ਨ ਉੱਤੇ ਡੱਬੇ ਸਾਹਮਣੀ ਇੱਕ ਸ਼ਕੰਜਮੀ ਵੇਚਣ ਵਾਲਾ ਆਇਆ ਉਹ ਠੰਡਾ ਤੇ ਮਿੱਠਾ ਗਲਾਸ ਆਨੇ-ਆਨੇ ਦਾ ਹੋਕਾ ਦੇ ਰਿਆ ਸੀ ਸਾਰਿਆਂ ਨੇ ਗਰਮੀ ਕਾਰਨ ਬੁੱਲ ਸੁੱਕੇ ਹੋਏ ਸਨ ਮੇਜਰ ਸਾਹਿਬ ਨੇ ਗੇੜ ਤੇ ਖੜੇ ਦੋ ਸਿਪਾਈਆਂ ਨੂੰ ਆਖਿਆ ਕਿ ਉਹ ਪੀ ਕੇ ਵੇਖਣ ਕਿ ਪਾਣੀ ਠੰਡਾ ਹੈ ਤੇ ਮਿੱਠਾ ਹੈ ਜਾਂ ਨਹੀਂ ਫਿਰ ਉਹਨਾਂ ਨੇ ਕਈ ਮੁਸਾਫਰਾਂ ਨੂੰ ਸ਼ਕੰਜਮੀ ਦੇ ਗਲਾਸ ਲੈ ਕੇ ਦਿੱਤੇ ਹੁਣ ਗੱਡੀ ਚੱਲਣ ਵਾਲੀ ਸੀ ਸ਼ਕੰਜਮੀ ਵਾਲੇ ਨੂੰ ਆਪਣੇ ਪੈਸਿਆਂ ਦਾ ਫਿਕਰ ਲੱਗ ਗਿਆ ਮੇਜਰ ਸਾਹਿਬ ਇਹ ਹੁੰਦਾ ਦੇਖ ਨਾ ਸਕੇ ਇਸ ਲਈ ਉਹਨਾਂ ਨੇ ਕਿਹਾ ਕਿ ਡੱਬੇ ਵਿੱਚ 19 ਗਲਾਸ ਆਏ ਨੇ ਉਹਨਾਂ ਨੇ ਸ਼ਕੰਜਮੀ ਵਾਲੇ ਨੂੰ ਸਵਾ ਰੁਪਿਆ ਦਿੱਤਾ ਅਤੇ ਕਿਹਾ ਕਿ ਉਹ ਆਪੇ ਹੀ ਯਾਤਰੀਆਂ ਕੋਲੋਂ ਅੰਦਰ ਪੈਸੇ ਲੈ ਲਵੇਗਾ ਮੁਸਾਫਰਿਆਂ ਤੋਂ ਆਪਣੇ ਉਗਰਾਹ ਪੈ ਲੈ ਲੈਣਗੇ ਜਦੋਂ ਲੋਕ ਆਨਾ ਆਨਾ ਦੇਣ ਲੱਗੇ ਤਾਂ ਉਹਨਾਂ ਕਿਹਾ ਕਿ ਸ਼ਕੰਜਮੀ ਪੀਣ ਵਾਲਿਆਂ ਨੇ ਕੁਝ ਦੇਣਾ ਹੈ ਤਾਂ ਨੋਟ ਦੇਣ ਸਭ ਦੇ ਆਨੇ ਵਾਪਸ ਚਲੇ ਗਏ ਅਸਲ ਵਿੱਚ ਮੇਜਰ ਸਾਹਿਬ ਪਾਣੀ ਪਿਲਾਉਣ ਦੇ ਪੈਸੇ ਨਹੀਂ ਸਲ ਲੈਣੇ ਚਾਹੁੰਦੇ ਇਸ ਨਾਲ ਉਹ ਹੋਰ-ਹੋਰ ਗੱਲਾਂ ਕਰਕੇ ਲੋਕਾਂ ਨੂੰ ਪੈਸੇ ਭੁਲਾਉਣਾ ਚਾਹੁੰਦੇ ਸਨ ਇੰਨੇ ਨੂੰ ਸਟੇਸ਼ਨ ਆ ਗਿਆ ਬਾਰੋਂ ਕਿਸੇ ਹਵਲਦਾਰ ਨੇ ਸਲੂਟ ਮਾਰਿਆ ਉਹਨਾਂ ਨੇ ਆਖਿਆ ਕਿ ਉਹ ਆਪਣਾ ਡੱਬਾ ਕਿਉਂ ਛੱਡ ਕੇ ਆ ਗਏ ਨੇ ਮੇਜਰ ਸਾਹਿਬ ਨੇ ਕਿਹਾ ਕਿ ਉਹ ਪੇਮਰਿਆਂ ਦਾ ਡੱਬਾ ਸੀ ਉਹਨਾਂ ਆਖਿਆ ਕਿ ਉਸ ਡੱਬੇ ਵਿੱਚ ਕੋਈ ਅਖਬਾਰ ਪੜਦਾ ਸੀ, ਕੋਈ ਸਿਗਰਟ ਪੀਂਦਾ ਸੀ, ਕੋਈ ਉਸ ਦੇ ਧੂਏਵਲ ਦੇਖੀ ਜਾਂਦਾ ਸੀ, ਇਹ ਸਭ ਦੇ ਪਿਓ ਜਿੰਦੇ ਸਨ ਇਸ ਲਈ ਮੈਂ ਇਸ ਡੱਬੇ ਵਿੱਚ ਆ ਗਿਆ। ਅਸਲ ਵਿੱਚ ਉਹਨਾਂ ਦਾ ਕਹਿਣ ਦਾ ਅਰਥ ਇਹ ਸੀ ਕਿ ਇੱਥੇ ਸਾਰੇ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹਨ। ਫਰਸਟ ਕਲਾਸ ਦੇ ਡੱਬੇ ਦੀ ਤਰ੍ਹਾਂ ਕੋਈ ਚੁੱਪ ਨਹੀਂ ਬੈਠਾ ਉਹਨਾਂ ਨੂੰ ਇੰਜ ਲੱਗਦਾ ਸੀ ਜਿਵੇਂ ਫਰਸਟ ਕਲਾਸ ਦੇ ਡੱਬੇ ਵਿੱਚ ਸਾਰੇ ਇਸ ਕਰਕੇ ਚੁੱਪ ਬੈਠੇ ਹਨ ਕਿ ਅੱਜ ਹੀ ਉਹਨਾਂ ਦਾ ਪਿਓ ਮਰਿਆ ਹੋਵੇ ਫਿਰ ਹਵਲਦਾਰ ਨੇ ਆਪ ਉਹਨਾਂ ਦੀ ਧਾਂ ਤੇ ਜਾ ਕੇ ਬੈਠਣ ਤੇ ਸਮਾਨ ਦੀ ਰਾਖੀ ਕਰਨ ਦੀ ਪੁੱਛਿਆ ਤਾਂ ਮੇਜਰ ਸਾਹਿਬ ਨੇ ਆਖਿਆ ਕਿ ਉੱਥੇ ਉਹਨਾਂ ਦਾ ਇੱਕ ਜਾਨਸ਼ੀਨ ਬੈਠਾ ਹੈ ਹਵਲਦਾਰ ਨੇ ਪੁੱਛਿਆ ਕੋਣ ਹੈ ਉਹਨਾਂ ਉੱਤਰ ਦਿੱਤਾ ਕਿ ਇੱਕ ਮੁਸਾਫਿਰ ਹੈ ਮੇਜਰ ਸਾਹਿਬ ਨੂੰ ਹਰ ਕੋਈ ਵਿਅਕਤੀ ਆਪਣਾ ਜਾਨਸਾਰ ਹੀ ਲੱਗਦਾ ਸੀ ਕਿਉਂਕਿ ਉਹਨਾਂ ਦਾ ਦਿਲ ਬਹੁਤ ਹੀ ਵਧੀਆ ਸੀ ਮਗਰੋਂ ਜਦੋਂ ਉਹਨਾਂ ਜਾਣ ਲਈ ਗਿਆ ਤਾਂ ਆਖਣ ਲੱਗਾ ਕਿ ਉਹਨਾਂ ਤੋਂ ਪਿੱਛੋਂ ਉਸ ਨੂੰ ਉੱਥੇ ਕਿਸੇ ਨੇ ਥਾਂ ਨਹੀਂ ਦੇਣੀ ਮੇਜਰ ਸਾਹਿਬ ਉਸ ਨਾਲ ਟਿਕਟ ਵਿਠਾ ਕੇ ਇੱਥੇ ਆ ਬੈਠੇ ਨੇ ਇਸ ਡੱਬੇ ਵਿੱਚ ਬੰਤਾ ਸਿੰਘ ਹੋਰੀ ਪਹਿਲਾਂ ਹੀ ਬੈਠੇ ਹੋਏ ਸਨ ਮੇਜਰ ਸਾਹਿਬ ਦੀ ਇੱਜ਼ਤ ਉਸ ਡੱਬੇ ਵਿੱਚ ਕਰਦੇ ਕਿ ਜੀ ਜਿੰਨੀ ਹੋ ਗਈ ਹਰ ਕੋਈ ਉਹਨਾਂ ਦਾ ਥਾਂ ਪਤਾ ਪੁੱਛਣ ਲੱਗਾ ਪਹਿਲਾ ਤਾਂ ਕਹਿਣ ਲੱਗੇ ਕਿ ਉਹ ਸਮਾਨ ਇਕੱਠਾ ਕਰ ਲਿਆ ਫਿਰ ਦੱਸਣਗੇ ਜਦੋਂ ਸਟੇਸ਼ਨ ਆਇਆ ਤਾਂ ਉਹ ਇਹ ਕਹਿ ਕੇ ਚਲੇ ਗਏ ਕਿ ਉਹਨਾਂ ਦਾ ਕੁਝ ਸਮਾਨ ਪੇ ਮਰਿਆਂ ਦੇ ਡੱਬੇ ਵਿੱਚ ਵੀ ਪਿਆ ਹੈ ਫਿਰ ਜਦੋਂ ਮੌਕਾ ਮਿਲਿਆ ਤਾਂ ਉਹ ਪੂਰਾ ਥਾਂ ਪਤਾ ਲਿਖਾ ਕੇ ਜਾਣਗੇ ਉਹਨਾਂ ਦੇ ਡੱਬੇ ਵਿੱਚ ਉਤਰਨ ਨਾਲ ਸਮਝੋ ਡੱਬੇ ਦੀ ਰੂਹ ਹੀ ਨਿਕਲ ਗਈ ਸੀ ਅਤੇ ਡੱਬਾ ਆਪ ਆਪ ਕਰਦਾ ਰਹਿ ਗਿਆ ਸੀ ਮੇਜਰ ਸਾਹਿਬ ਸਾਰੇ ਸਵਾਰੀਆਂ ਦੀ ਰੂਹ ਸੀ ਜਿਨ੍ਹਾਂ ਦੇ ਜਾਨ ਨਾਲ ਡੱਬਾ ਚੁੱਪ ਜਿਆ ਹੋ ਗਿਆ ਸੀ ਇਸ ਵਿੱਚ ਅਸੀਂ ਦੇਖਦੇ ਹਾਂ ਕਿ ਕਹਾਣੀਕਾਰ ਨੇ ਸਾਨੂੰ ਇਹ ਦੱਸਿਆ ਹੈ ਕਿ ਕੋਈ ਵੀ ਵਿਅਕਤੀ ਆਪਣੇ ਹੱਸਦੇ ਚਿਹਰੇ ਆਪਣੇ ਚੰਗੇ ਸੁਭਾਅ ਦੇ ਨਾਲ ਕਿਸੇ ਦੇ ਵੀ ਸਰੀਰ ਦੀ ਰੂਹ ਬਣ ਸਕਦਾ ਹੈ ਕਿਸੇ ਨਾਲ ਵੀ ਸਾਂਝ ਪਾ ਸਕਦਾ ਹੈ ਇਸ ਤਰ੍ਹਾਂ ਮੇਜਰ ਸਾਹਿਬ ਦੇ ਚੰਗੇ ਸੁਭਾਅ ਦਾ ਵਰਣਨ ਕੀਤਾ ਗਿਆ ਹੈ